ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਪੰਜਾਬੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਬਣਾਵਾਂਗੇ ਗਰਮ ਮਸਾਲਾ, ਜੋ ਕਿ ਬਹੁਤ ਹੀ ਈਜ਼ੀ ਐਂਡ ਕੁਇਕ ਰੈਸਪੀ ਆ। ਚਲੋ ਸ਼ੁਰੂ ਕਰਦੇ ਆਂ। ਫਰੈਂਡਸ, ਗਰਮ ਮਸਾਲੇ ਲਈ ਅਸੀਂ ਲਿਆ ਹੈ ਜੀ ਧਨੀਆ। ਇਹ 50 ਗ੍ਰਾਮ ਧਨੀਆ ਆ। ਇਸ ਦੇ ਨਾਲ ਹੀ ਅਸੀਂ ਲਿਆ ਹੈ ਜੀ 50 ਗ੍ਰਾਮ ਜੀਰਾ। ਇਹ ਅਸੀਂ 4 ਤੇਜ ਪੱਤੇ ਲਏ ਨੇ। ਇਹ ਅਸੀਂ ਲਈਆਂ ਨੇ ਜੀ ਕਾਲੀਆਂ ਮਿਰਚਾਂ। ਇਹ ਫਰੈਂਡਸ 15-20 ਲੌਂਗ ਲਏ ਨੇ। ਇਹ ਅਸੀਂ 7 ਵੱਡੀਆਂ ਇਲਾਇਚੀਆਂ ਲਈਆਂ ਨੇ ਤੇ 15-20 ਛੋਟੀਆਂ ਇਲਾਇਚੀਆਂ ਲਈਆਂ ਨੇ। ਇਹ ਅਸੀਂ 2 ਦਾਲਚੀਨੀ ਸਟਿਕਸ ਲਈਆਂ ਨੇ, ਜਿਹਨੂੰ ਅਸੀਂ ਤੋੜ ਲਿਆ ਆ। ਤੇ ਹੁਣ ਸਭ ਤੋਂ ਪਹਿਲਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਭੁੰਨਾਂਗੇ। ਇਹ ਫਰੈਂਡਸ ਅਸੀਂ ਛੋਟੀ ਜਿਹੀ ਕੜਾਈ ਲਈ ਆ, ਤੁਸੀਂ ਚਾਹੋ ਤਾਂ ਕੋਈ ਫਰਾਈ ਪੈਨ ਵੀ ਲੈ ਸਕਦੇ ਆ। ਅਸੀਂ ਸਾਰੇ ਸਮਾਨ ਹੁਣ ਇਹਦੇ ਵਿੱਚ ਪਾ ਕੇ ਤਕਰੀਬਨ 1-1.5 ਮਿੰਟ ਤੱਕ ਭੁੰਨਾਂਗੇ। ਅਸੀਂ ਇਸ ਤੋਂ ਜ਼ਿਆਦਾ ਇਸਨੂੰ ਨਹੀਂ ਭੁੰਨਣਾ ਹੈਗਾ। ਇਸ ਤਰ੍ਹਾਂ ਫਰੈਸ਼ ਮਸਾਲਾ ਯੂਜ਼ ਕਰਨ ਨਾਲ ਸਬਜ਼ੀ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਤੇ ਖੁਸ਼ਬੂ ਆਉਂਦੀ ਆ। ਜੋ ਅਸੀਂ ਮਸਾਲਾ ਬਾਜ਼ਾਰ ਤੋਂ ਲੈਂਦੇ ਹਾਂ, ਸਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਪਾਇਆ ਹੁੰਦਾ ਹੈ ਤੇ ਉਹ ਕਦੋਂ ਤੋਂ ਪੈਕ ਕਰਕੇ ਰੱਖਿਆ ਹੁੰਦਾ ਆ। ਸੋ ਸਾਨੂੰ ਫਰੈਸ਼ ਮਸਾਲਾ ਹੀ ਯੂਜ਼ ਕਰਨਾ ਚਾਹੀਦਾ ਆ, ਕਿਉਂਕਿ ਇਹਨੂੰ ਬਣਾਉਣਾ ਵੀ ਬਹੁਤ ਹੀ ਈਜ਼ੀ ਆ। ਲਓ ਫਰੈਂਡਸ, 1.5 ਮਿੰਟ ਹੋ ਚੁੱਕਾ ਹੈ ਤੇ ਅਸੀਂ ਗੈਸ ਨੂੰ ਬੰਦ ਕਰ ਦਿੱਤਾ ਆ ਤੇ ਹੁਣ ਅਸੀਂ ਇਹਨੂੰ ਹਲਕਾ ਜਿਹਾ ਠੰਡਾ ਕਰਾਂਗੇ। ਇਹਨੂੰ ਬਿਲਕੁਲ ਠੰਡਾ ਨਹੀਂ ਕਰਨਾ ਹੈਗਾ, ਬਸ ਤੁਹਾਡਾ ਹੱਥ ਟੱਚ ਹੋਣਾ ਚਾਹੀਦਾ ਆ। ਤੁਸੀਂ ਦੇਖੋ ਕਿ ਇਹ ਹੁਣ ਹਲਕਾ ਠੰਡਾ ਹੋ ਗਿਆ ਹੈ ਤੇ ਅਸੀਂ ਹੁਣ ਇਹਨੂੰ ਪੀਸ ਲਵਾਂਗੇ। ਲਓ ਫਰੈਂਡਸ, ਮਸਾਲਾ ਸਾਡਾ ਰੈਡੀ ਆ। ਹੁਣ ਅਸੀਂ ਕੀ ਕਰਨਾ ਹੈ ਕਿ ਅਸੀਂ ਇੱਕ ਛੰਨੀ ਲਵਾਂਗੇ ਤੇ ਮਸਾਲੇ ਨੂੰ ਅਸੀਂ ਛਾਣ ਲੈਣਾ ਆ, ਤਾਂ ਕਿ ਜੇ ਕੋਈ ਵਿੱਚ ਮੋਟਾ ਮਸਾਲਾ ਰਹਿ ਗਿਆ ਹੋਵੇ ਤੇ ਉਹਨੂੰ ਅਸੀਂ ਵੱਖਰਾ ਕਰ ਦਈਏ। ਇਸੇ ਤਰ੍ਹਾਂ ਅਸੀਂ ਸਾਰੇ ਮਸਾਲਿਆਂ ਨੂੰ ਛਾਣ ਲਵਾਂਗੇ। ਤੁਸੀਂ ਦੇਖਿਓ ਫਰੈਂਡਸ, ਘਰੇ ਫਰੈਸ਼ ਮਸਾਲਾ ਬਣਾਉਣਾ ਬਹੁਤ ਹੀ ਈਜ਼ੀ ਆ, ਤੁਸੀਂ ਜ਼ਰੂਰ ਟਰਾਈ ਕਰਨਾ। ਤੇ ਹੁਣ ਸਾਡਾ ਮਸਾਲਾ ਬਣ ਕੇ ਬਿਲਕੁਲ ਰੈਡੀ ਆ। ਜੇ ਤੁਹਾਨੂੰ ਸਾਡੀ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਈ ਤਾਂ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।